ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਸਭ ਪਾਸੇ ਪਾਣੀ ਭਰਿਆ ਹੈ ਅਤੇ ਲੋਕ ਪਰੇਸ਼ਾਨ ਹਨ, ਉੱਥੇ ਹੀ ਘਰਾਂ ਦੇ ਵਿੱਚ ਵੀ ਇਹ ਪਾਣੀ ਵੱਧ ਚੁੱਕਿਆ ਹੈ। ਪਰ ਇਹਨਾਂ ਹਾਲਾਤਾਂ ਦੇ ਵਿੱਚ ਮੌਸਮ ਨੂੰ ਲੈ ਕੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾ ਨੇ ਦਾਅਵਾ ਕੀਤਾ ਕਿ ਅਗਲੇ 3 ਤੋਂ 4 ਦਿਨ ਬਰਸਾਤ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਪਰ ਕਈ ਇਲਾਕਿਆਂ ਵਿੱਚ ਹਲਕੀ ਤੋਂ ਬਰਸਾਤ ਹੋ ਸਕਦੀ ਹੈ। ਪਿਛਲੇ ਦਿਨਾਂ ਵਿੱਚ ਅਸੀਂ ਦੇਖਿਆ ਕਿ ਜਿਹੜਾ ਮੌਨਸੂਨ ਸਿਸਟਮ ਸੀ ਕਾਫੀ ਐਕਟਿਵ ਹੋਇਆ ਸੀਗਾ ਔਰ ਉਹਦੇ ਕਰਕੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਹੈਵੀ ਰੇਨਫਾਲ ਓਬਜ਼ਰਵ ਕੀਤੀ ਗਈ। ਇਹਦੇ ਨਾਲ ਜਿਹੜਾ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਈ, ਡੇ ਟਾਈਮ ਟੈਂਪਰੇਚਰ 28-29 ਦੇ ਅਰਾਊਂਡ ਰਿਹਾ, ਸੋ ਨੋਰਮਲ ਨਾਲੋਂ 6 ਤੋਂ 7 ਡਿਗਰੀ ਸੈਂਟੀਗ੍ਰੇਡ ਲਗਭਗ ਨੀਚੇ ਰਿਹਾ। ਬਟ ਹੁਣ ਜਿਹੜੇ ਆਉਣ ਵਾਲੇ ਦਿਨ ਨੇ ਇਹਨਾਂ ਦੇ ਵਿੱਚ ਅਸੀਂ ਮੌਨਸੂਨ ਐਕਟੀਵਿਟੀ ਜ਼ਿਆਦਾ ਐਕਸਪੈਕਟ ਨਹੀਂ ਕਰ ਰਹੇ, ਸੋ ਆਉਣ ਵਾਲੇ ਜਿਹੜੇ 3-4 ਦਿਨ ਨੇ ਇਹਨਾਂ ਦੇ ਵਿੱਚ ਸਾਰੇ ਪੰਜਾਬ 'ਚ ਕਿਤੇ ਕਿਤੇ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ ਬਟ ਕੋਈ ਹੈਵੀ ਰੇਨ ਦੀ ਪ੍ਰਿਡਿਕਸ਼ਨ 3-4 ਦਿਨ ਨਹੀਂ ਹੈਗੀ ਔਰ ਨਾ ਹੀ IMD ਵੱਲੋਂ ਕੋਈ ਅਲਰਟ ਜਾਰੀ ਕੀਤਾ ਗਿਆ। ਜੀ, ਲੁਧਿਆਣਾ ਦੇ ਵਿੱਚ ਜਿਹੜੀ ਜੁਲਾਈ ਦੀ ਨੋਰਮਲ ਰੇਨਫਾਲ ਹੈ ਜੀ ਉਹ 220 ਮਿਲੀਮੀਟਰ ਹੈਗੀ ਹੈ ਔਰ ਇਸ ਵਾਰੀ ਹੁਣ ਤੱਕ 164 ਮਿਲੀਮੀਟਰ ਜਿਹੜੀ ਬਾਰਿਸ਼ ਹੋ ਚੁੱਕੀ ਹੈਗੀ ਹੈ। ਔਰ ਜੇ ਅਸੀਂ ਵੈਸੇ ਜਿਹੜਾ ਬਾਰਿਸ਼ ਦਾ ਦੇਖੀਏ ਪੈਟਰਨ ਬੜਾ ਵੇਰੀਏਬਲ ਹੈਗਾ, ਜਿਵੇਂ ਲਾਸਟ ਈਅਰ 2022 ਦੇ ਵਿੱਚ 323 ਮਿਲੀਮੀਟਰ ਰੇਨਫਾਲ ਲੁਧਿਆਣਾ ਦੇ ਵਿੱਚ ਹੋਈ ਸੀਗੀ ਜਦੋਂ ਕਿ ਨੋਰਮਲ 220 ਹੈ ਔਰ ਇਸ ਵਾਰੀ 164 ਹੋ ਚੁੱਕੀ ਹੈ। ਹੁਣ ਬਾਰਿਸ਼ ਦੇ ਜ਼ਿਆਦਾ ਕਿਉਂਕਿ ਨਹੀਂ ਆਸਾਰ ਹੈਗੇ ਆਉਣ ਵਾਲੇ 3-4 ਦਿਨ, ਪ੍ਰਿਡਿਕਸ਼ਨ ਨਹੀਂ ਹੈਗੀ, ਸੋ ਅਸੀਂ ਇਸ ਤਰ੍ਹਾਂ ਦਾ ਜ਼ਿਆਦਾ ਕੋਈ ਨਹੀਂ ਐਕਸਪੈਕਟ ਕਰਦੇ ਕਿ ਪ੍ਰੋਬਲਮ ਹੋ ਸਕਦੀ ਹੈ। ਕਿਸਾਨਾਂ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਕਿਉਂਕਿ ਹੁਣ ਵੀ ਬਹੁਤ ਥਾਵਾਂ 'ਤੇ ਪਾਣੀ ਖੜ੍ਹਾ, ਜਿਹੜੇ ਖੇਤਾਂ ਦੇ ਵਿੱਚ ਵੀ ਪਾਣੀ ਖੜ੍ਹਾ, ਜਿਵੇਂ ਝੋਨੇ ਦੀ ਕ੍ਰੋਪ ਆਉਣ ਤਾਂ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਬਟ ਕੁਝ ਫਸਲਾਂ ਜਿਹੜੀਆਂ ਜ਼ਿਆਦਾ ਸੈਂਸਿਟਿਵ ਨੇ ਜ਼ਿਆਦਾ ਪਾਣੀ ਨੂੰ ਵੀ, ਜਿਵੇਂ ਕੁਝ ਵੈਜੀਟੇਬਲ ਕ੍ਰੋਪਸ, ਸੋ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ, ਜਿੰਨਾ ਹੋ ਸਕੇ ਖੇਤ ਵਿੱਚੋਂ ਪਾਣੀ ਡਰੇਨ ਆਊਟ ਕਰਨਾ ਚਾਹੀਦਾ, ਥੋੜ੍ਹਾ ਜਿਹਾ ਡਰੇਨੇਜ ਸਿਸਟਮ ਜ਼ਰੂਰ ਉਹਨਾਂ ਨੂੰ ਪ੍ਰੋਪਰ ਰੱਖਣਾ ਚਾਹੀਦਾ ਤਾਂ ਕਿ ਖੜ੍ਹੇ ਪਾਣੀ ਦੇ ਨਾਲ ਫਸਲ ਦਾ ਜ਼ਿਆਦਾ ਨੁਕਸਾਨ ਨਾ ਹੋ ਸਕੇ। ਬਿਲਕੁਲ ਜੀ, ਜਿਹੜੀਆਂ ਸੈਂਸਿਟਿਵ ਕ੍ਰੋਪਸ ਨੇ ਉਹਨਾਂ ਨੂੰ ਤਾਂ ਜ਼ਰੂਰ ਹੋ ਸਕਦਾ, ਤਾਂ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਜਿੰਨਾ ਪੋਸੀਬਲ ਹੈ ਡਰੇਨੇਜ ਦਾ ਧਿਆਨ ਰੱਖਣਾ ਚਾਹੀਦਾ ਕਿ ਪਾਣੀ ਜ਼ਿਆਦਾ ਨਾ ਖੜਨ ਦੇਣ। ਨਹੀਂ ਜੀ, ਹਲੇ ਤੱਕ 164 ਹੋਈ ਆ, ਜਿਵੇਂ ਲਾਸਟ ਈਅਰ 323 ਹੋ ਗਈ ਸੀਗੀ, ਬਹੁਤ ਜ਼ਿਆਦਾ ਹੋ ਗਈ ਸੀ ਕਿਉਂਕਿ ਹਲੇ ਤੱਕ ਕੋਈ ਇਸ ਤਰ੍ਹਾਂ ਰਿਕਾਰਡ ਨਹੀਂ ਹੈਗਾ ਜੀ। 2019 ਦੇ ਵਿੱਚ ਸਪਟੈਂਬਰ 'ਚ ਸੀ ਨਾ, ਹਾਂ ਸਪਟੈਂਬਰ 'ਚ ਸੀਗੀ। ਹਾਂਜੀ ਹਾਂਜੀ, ਕਹਿਣ ਦਾ ਮਤਲਬ ਇਹ ਹੈ ਜੀ ਕਿ ਬਾਰਿਸ਼ ਐਸਐਮ ਜੈਟ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।